ਗੱਲ ਕਰਾਂਗੇ ਪੰਜਾਬੀ ਫਿਲਮ ਚੱਲ ਜਿੰਦੀ ਦੇ ਬਾਰੇ ਪੰਜਾਬੀ ਇੰਡਸਟਰੀ ਦੀ ਇੱਕ ਅਜਿਹੀ ਫਿਲਮ ਜੋ ਪੰਜਾਬੀ ਸਿਨੇਮਾ ਨੂੰ ਇੱਕ ਵੱਡੇ ਲੈਵਲ ਤੇ ਲੈ ਗਈ ਹੈ ਜਿਸ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਤੇ ਇੱਕ ਵਾਰ ਫਿਰ ਤੋਂ ਇਹ ਤੁਹਾਡੀ ਮਨਪਸੰਦ ਫਿਲਮ ਤੁਹਾਡੇ ਰੂਬਰੂ ਹੋਣ ਜਾ ਰਹੀ ਹੈ ਚੱਲ ਜਿੰਦੀ ਹੈ ਹੁਣ OTT ਪਲੇਟਫਾਰਮ ਚਪਾਲ ਤੇ 9 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ ਤੇ ਇਸ OTT ਰਿਲੀਜ਼ ਦੀ ਜਾਣਕਾਰੀ ਨੀਰੂ ਬਾਜਵਾ ਦੇ ਵੱਲੋਂ ਆਪਣੇ ਇੰਸਟਾਗ੍ਰam ਅਕਾਊਂਟ ਤੇ ਦਿੱਤੀ ਗਈ ਹਉਦੇ ਪ੍ਰਤਾਪ ਸਿੰਘ ਦੇ ਵੱਲੋਂ ਡਾਇਰੈਕਟ ਕੀਤੀ ਗਈ ਫਿਲਮ ਇਸ ਜਹਾਨੋਂ ਦੂਰ ਕਿਤੇ ਚੱਲ ਜਿੰਦੀ ਹੈ 7 April 2023 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਸੀ ਜਿਸ ਵਿੱਚ ਆਪਣੀ ਉਮਦਾ ਐਕਟਿੰਗ ਦੇ ਨਾਲ ਨੀਰੂ ਬਾਜਵਾ ਗੁਰਪ੍ਰੀਤ ਕੋੱਗੀ ਕੁਲਵਿੰਦਰ ਬਿੱਲਾ ਅਦਿੱਤੀ ਸ਼ਰਮਾ ਜਸ ਬਾਜਵਾ ਅਤੇ ਰੁਪਿੰਦਰ ਰੂਪੀ ਨੇ ਸਾਰਿਆਂ ਦਾ ਦਿਲ ਜਿੱਤਿਆ ਸੀ ਤੇ ਲਗਾਤਾਰ ਕੁਝ ਫੈਨਸ ਦੇ ਵੱਲੋਂ ਇਸ ਫਿਲਮ ਦੇ OTT ਪਲੇਟਫਾਰਮ ਤੇ ਰਿਲੀਜ਼ ਹੋਣ ਦਾ ਇੰਤਜ਼ਾਰ ਵੀ ਕੀਤਾ ਜਾ ਰਿਹਾ ਸੀ ਤੇ ਹੁਣ ਉਹਨਾਂ ਦਾ ਇੰਤਜ਼ਾਰ ਜੋ ਹੈ ਖਤਮ ਹੋ ਚੁੱਕਿਆ ਤੁਹਾਨੂੰ ਦੱਸ ਦਿੰਦੇ ਆ ਕਿ ਚੱਲ ਜਿੰਦੀਏ 9 ਜੂਨ ਨੂੰ ਚੋਪਾਲ ਤੇ ਰਿਲੀਜ਼ ਹੋਣ ਵਾਲੀ ਹੈ